ਕੀ ਨਾਮ ਜਪਾਇਆ, ਕੋਈ ਐਸੀਆਂ ਦੁੱਖ ਤਕਲੀਫਾਂ ਇਤਿਹਾਸ ਕਿ ਹਰੀ ਸੈਨ ਰਾਜੇ ਉਮਰ ਪ੍ਰਤੱਖ ਭਾਈ ਕਲਿਆਣਾ ਜੀ ਨੇ ਗੁਰੂ ਦੀ ਸ਼ਕਤੀ ਦਿਖਾ ਦਿੱਤੀ। ਕੋਈ ਤਕਲੀਫ ਆਈ, ਇਤਿਹਾਸਕਾਰ ਲਿਖਦੇ ਆ ਵੀ ਪੁੱਤਰ ਬਿਮਾਰ ਹੋ ਗਿਆ ਸੀ, ਜੇ ਵੀ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਕਿਰਪਾ ਕੀਤੀ। ਉਹ ਪਰਮੇਸ਼ਰ ਹੀ ਹੈ ਜਿਹੜਾ ਸਾਰਾ ਕੁਝ ਕਰ ਸਕਦਾ ਹੈ। ਵਾਹਿਗੁਰੂ ਦੇ ਹੱਥ ਵਿੱਚ ਸਾਰਾ ਕੁਝ ਹੀ ਹੈ, ਕਰਨਾ ਤਾਂ ਉਹਦੇ ਨਾਮ ਨਹੀਂ ਹੈ, ਬੰਦੇ ਦੇ ਹੱਥ। Oh, my God.
ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਕੇ ਪਾਪ ਨਿਵਾਰਨ ਹਾਰਾ ਦੁੱਖ ਹੰਤਾ ਸਤਰਾਸ ਤਾ ਕੋਵਿਡ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਰੇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਗ ਹੈ ਗੁਰੂ ਨਾਨਕ ਨੇ ਧਿਆਏ ਫਿਰ ਅੰਗਦ ਪੁੱਤੇ ਅਮਰਦਾਸ ਨਾਮ ਦੱਸ ਹੋਏ ਸਹਾਰੇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਭ ਗੁਜਾਏ ਤੇਗ ਬਹਾਦਰ ਸਿੰਘ ਹੈ ਘਰ ਨੋ ਦਰ ਧਾਰੇ ਸਭ ਥਾਈਂ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੋ ਸਭ ਥਾਈਂ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਪਾਠ ਦਰਸ਼ਨ ਵਿਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਵਿਣਿਆ ਤੇਰਾ ਨਾਮ ਜਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਦੇਵੀ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮਾਰਨ ਲਿਖਾਏ
ਮੰਡਲ ਮੇ ਆਏ ਮਾਤਾ ਗੁਰਦਿਆਤਮਾ ਦੀ ਆਤਮਾ ਦਾ ਸ਼ਾਮਲ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚਲਸੀ, ਸਭ ਕੋ ਹੀ ਆਈ ਵਾਰੀ ਹੈ। ਗੁਰਬਾਣੀ ਦਾ ਪ੍ਰਮਾਣ ਬਹੁਤ ਸਪਸ਼ਟ ਰੂਪ ਵਿੱਚ, ਬਹੁਤ ਸਾਦੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਾਹਮਣੇ ਮਿਲਦਾ ਹੈ। ਔਰ ਮਾਤਾ ਜੀ ਇੱਕ ਲੰਬੀ ਉਮਰ ਭੋਗ ਕੇ ਇਸ ਸੰਸਾਰ ਤੋਂ ਅਲਵਿਦਾ ਆ ਕੇ ਗਏ ਹਨ। ਮੈਂ ਥੋੜ੍ਹਾ ਦੋ ਇਸ ਮਾਤਾ ਦੀ ਜ਼ਿੰਦਗੀ ਨਾਲ ਸੰਬੰਧਿਤ ਹੀ ਆਪ ਜੀ ਨਾਲ ਥੋੜ੍ਹੀ ਵਿਚਾਰ ਸਾਂਝੀ ਕਰਨੀ ਚਾਹਾਂਗਾ। ਮਾਤਾ ਜੀ ਲੰਬੇ ਸਮੇਂ ਤੱਕ ਚੱਲਣ ਤੋਂ ਅਸਮਰੱਥ ਔਰ ਬੋਲਣ ਤੋਂ ਅਸਮਰੱਥ ਰਹੇ ਨੇ। ਅੱਜ ਦੀ ਰੁਝੇਵਿਆਂ ਭਰੀ ਬਹੁਤ ਹੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਸਮਾਂ ਬਹੁਤ ਕੀਮਤੀ ਹੈ। ਗੁਰਪ੍ਰੀਤ ਸਿੰਘ ਗੋਰਾ ਸਾਰੇ ਪਿੰਡ ਦੇ ਵਿੱਚ ਪਿਆਰ ਨਾਲ ਬਹੁਤ ਸਤਿਕਾਰ ਹੈ। ਬੱਚੇ ਦਾ ਉਮਰ ਦੇ ਲਿਹਾਜ਼ ਨਾਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ। ਮੈਂ ਦੇਖਿਆ ਮਾਤਾ ਜੀ ਦੀ 3-4 ਸਾਲ ਦੇ ਕਰੀਬ ਮੰਜੇ 'ਤੇ ਬੈਠੇ ਰਹਿਣਾ, ਉਹਨਾਂ ਦੀ ਸਿਹਤ ਬਿਲਕੁਲ ਬਰਕਰਾਰ ਰਹੀ ਹੈ। ਜੋ ਅੰਮ੍ਰਿਤ ਸਰੋਵਰ ਹੈ, ਬੇਅੰਤ ਲੋਕਾਂ ਦਾ ਉਹਦੇ ਰਾਹੀਂ ਮਹਾਰਾਜ ਨੇ ਭਲਾ
ਤਰਕਵਾਦ ਬੰਦਾ ਇਹ ਕਹੂ ਵੀ ਹੈ ਤਾਂ ਪਾਣੀ ਹੋਈ ਤੇ ਪਾਣੀ ਤਾਂ ਥਾਂ ਥਾਂ ਖੜਾ ਹੈ, ਇੱਕ ਸਰੋਵਰ ਜਿਹੜੇ ਨੇ ਉਹ ਹੈ ਜਿੱਥੇ ਗੁਰੂ ਕੇ ਬਰਵਚਨ ਹੋ ਗਏ। ਪਾਣੀ ਨੂੰ ਕੀ ਹੈ ਸਰੋਵਰ ਤਾਂ ਕੋਈ ਵੀ ਬਣਾ ਸਕਦਾ ਹੈ, ਪਰ ਉਹਨੂੰ ਵਚਨ ਦੇ ਕਰਨਾ ਬਰਵਚਨ ਦੇਣਾ ਉਹ ਗੁਰੂ ਦੇ ਹੱਥ ਵਿੱਚ ਹੈ। ਅੱਜ ਬੜੀ ਇਸ ਗੱਲ ਤੇ ਤਰਕ ਹੈ, ਨਹੀਂ ਪਾਣੀ ਦਾ ਕਹਿੰਦਾ ਸਰੀਰ ਦੀ ਮੈਲ ਹੈ। ਹਾਂ ਪਾਣੀ ਸਰੀਰ ਦੀ ਮੈਲ ਹੁੰਦਾ, ਇਹਦੇ ਵਿੱਚ ਕੋਈ ਅਤਕਤ ਨਹੀਂ, ਪਰ ਉਸ ਪਾਣੀ ਉਹ ਸਰੋਵਰ ਨੂੰ ਮਹਾਰਾਜ ਨੇ ਅੰਮ੍ਰਿਤ ਸਰੋਵਰ ਕਿਹਾ। ਉੱਥੇ ਗੁਰੂ ਕੇ ਬਚਨ ਹੋ ਗਏ, ਜਿਵੇਂ ਬੌਲੀ ਹੈ, ਬੌਲੀ ਸਾਹਿਬ ਨੂੰ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਰਵਚਨ ਦੇ ਦਿੱਤਾ। ਗੱਲ ਆ ਜਾਂਦੀ ਹੈ ਬਚਨ ਤੇ, ਇਹ ਬਚਨ ਜਿਹੜਾ ਹੈ ਗੁਰੂ ਦਾ ਤਾਰ ਦਿੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਮਨੁੱਖਤਾ ਦੇ ਭਲੇ ਵਾਸਤੇ ਇਹ ਕਾਰਜ ਕਰ ਰਹੇ ਹੈ, ਤੂੰ ਵੀ ਇਹਦੇ ਵਿੱਚ ਹਿੱਸਾ ਪਾ, ਪਰਮੇਸ਼ਰ ਨੇ ਤੈਨੂੰ ਮਾਇਆ ਦਿੱਤੀ ਹੈ, ਇਹਨੂੰ ਫਿਰ ਮਨੁੱਖਤਾ ਦੇ ਭਲੇ ਦੇ ਵਾਸਤੇ ਖਰਚਾ ਕਰ, ਪੈਸਾ ਤਾਂ ਪਰਮੇਸ਼ਰ ਬਥੇਰਿਆਂ ਨੂੰ ਦਿੰਦਾ, ਪਰ ਉਹ ਚੰਗੇ ਪਾਸੇ ਖਰਚ ਹੋ ਜਾਏ ਇਹ ਬੁੱਧੀ ਕਰਨਾ ਵਾਲੇ ਨੂੰ ਮਿਲਦੀ ਹੈ। ਬਹੁਤ ਦੁਨੀਆਂ ਕੋਈ ਮਾਇਆ ਪਈ ਹੈ, ਇਹੋ ਜਿਹੇ ਵੱਡੇ ਵੱਡੇ ਲੋਕ ਨੇ ਜਿਹੜੇ ਅੱਖ ਨੂੰ ਹਜ਼ਾਰਾਂ ਦੀ ਗਿਣਤੀ ਨਾਲ ਆਪਣੀ ਐਸੋਸੀਏਸ਼ਨ ਤੇ ਪੈਸਾ ਕਰ, ਕਹਿੰਦੇ ਅਸੀਂ ਕਮਾਇਆ ਜੇ ਸਾਡਾ ਹੀ ਹੈ ਤੇ ਜਿਵੇਂ ਮਰਜ਼ੀ ਖਰਚੀਏ। ਜਿਹੜਾ ਗੁਰੂ ਨਾਲ ਜੁੜ ਜੇ ਉਹ ਕਹਿੰਦੇ ਮੇਰੇ ਕੋਲੇ ਅਰਦਾਸਾਂ ਕੀਤੀਆਂ, ਅਕਾਲ ਪੁਰਖ ਨੇ ਤੈਨੂੰ ਇਹ ਜੇ ਸਾਧਨ ਦੇ ਤੇ ਮੌਕੇ ਦੇ ਦੇ ਤੈਨੂੰ ਪਰਮੇਸ਼ਰ ਨੇ, ਫੇਰ ਹੀ ਤੂੰ ਕਮਾ ਸਕਿਆ। ਕਹਿ ਸਕਦਾ ਵੀ ਰੱਬ ਤਾਂ ਵਿਵੇਕਰਾ ਕਰਦਾ, ਕਿਸੇ ਨੂੰ ਬੁੱਧੀ ਦੇਤੀ ਕਿਸੇ ਨੂੰ ਨਾ ਦੇਤੀ, ਨਹੀਂ ਵਾਹਿਗੁਰੂ ਕੋਈ ਵਿਵੇਕਰਾ ਨਹੀਂ ਕਰਦਾ, ਇਹ ਵੀ ਆਪਣੀ ਕਰਮ ਕਰਮੀ ਆਪੋ ਆਪਣੀ ਕਰ ਰਹੇ ਹੈ। ਹਰੀ ਸੈਨ ਤੂੰ ਵੀ ਇਹਦੇ ਵਿੱਚ ਹਿੱਸਾ ਪਾ, ਆਪਣਾ ਜੀਵਨ ਸਫਲ ਕਰ। ਹਰੀ ਸੈਨ ਰਾਜੇ ਦੀ ਸ਼ਰਧਾ ਬੜੀ ਹੋ ਗਈ, ਆਪਣੇ ਅਹਿਲਕਾਰ ਵਜ਼ੀਰ ਆਪਣੀਆਂ ਰਾਣੀਆਂ ਸਮੇਤ ਚੰਗਾ ਲਾਲ ਲਸ਼ਕਰ ਲੈ ਕੇ ਰਾਜਾ ਹਰੀ ਸੈਨ ਹਰੀਪੁਰ ਰਿਆਸਤ ਤੋਂ ਚੱਲਿਆ ਭਾਈ ਕਲਿਆਣਾ ਜੀ ਦੇ ਨਾਲ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਚੰਗੇ ਪਦਾਰਥ ਲੈ ਲਏ ਗੁਰੂ ਮਹਾਰਾਜ ਨੂੰ ਭੇਟਾ ਕਰਨ ਵਾਸਤੇ, ਮਾਇਆ ਲੈ ਲਈ ਹੋਰ ਅਸਲ ਵਸਲ ਵਸਪਰੇ ਤਿਆਗ ਸਭ ਕੁਝ ਕੇ ਦਾਦੇ ਦੇ ਦਰ ਤੇ ਭੇਟਾ ਕਰਾਂਗੇ ਗੁਰੂ ਮਹਾਰਾਜ ਦੇ। ਭਾਈ ਕਲਿਆਣਾ ਜੀ ਨੇ ਪਹਿਲਾਂ ਆ ਕੇ ਮਹਾਰਾਜ ਨੂੰ ਕਿਹਾ ਵੀ ਰਾਜਾ ਹਰੀ ਸਿੰਘ ਆਇਆ, ਗੁਰੂ ਸਾਹਿਬ ਨੇ ਨਗਰੀ ਤੋਂ ਥੋੜਾ ਜਿਹਾ ਬਾਹਰ ਉਹਦੇ ਤੰਬੂ ਲਵਾ ਤੇ ਜਿੱਥੇ ਰਾਜੇ ਨੇ ਠਹਿਰਨਾ ਸੀ, ਉਹਦੀਆਂ ਰਾਣੀਆਂ ਨੇ ਠਹਿਰਨਾ, ਵਜ਼ੀਰਾਂ ਅਹਿਲਕਾਰਾਂ ਨੇ ਤੇ ਨਾਲ ਜਿਹੜੇ ਹੋਰ ਸਿਪਾਹੀ ਸਨ, ਸਾਰਾ ਪ੍ਰਬੰਧ ਕਰ ਦਿੱਤਾ ਗਿਆ। ਭਾਈ ਕਲਿਆਣੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰੋ, ਤੁਹਾਡਾ ਹੁਕਮ ਹੋਵੇ ਤਾਂ ਮੈਂ ਰਾਜੇ ਨੂੰ ਕਹਾਂ ਵੀ ਤੁਹਾਡੇ ਦਰਸ਼ਨ ਮੇਲੇ ਕਰ ਲੈਣ, ਮੇਲ ਮਿਲਾਪ ਹੋ ਜੂ। ਜਦੋਂ ਰਾਜਾ ਹਰੀ ਸੈਨ ਸੰਗਤ ਵਿੱਚ ਆਇਆ ਉਸ ਸਮੇਂ ਗੁਰੂ ਇਤਿਹਾਸ ਵਿੱਚ ਆਉਂਦਾ ਹੈ ਜਿਹਨੂੰ ਆਪਾਂ ਆਮ ਤੌਰ 'ਤੇ ਦੱਖਣੀ ਉਹ ਦੱਖਣੀ ਇਹ ਰਾਮਕਲੀ ਦੀ ਜਾਤ ਹੈ, ਕਿਸਮ ਕਹਿ ਲਓ ਦੱਖਣੀ ਜਿਹੜੀ ਹੈ ਨਾ ਦੇ ਮੁੱਖੋਂ ਇਸ ਪਾਵਨ ਬਾਣੀ ਦੀ ਆਪ ਆਪਣੇ ਕੰਨਾਂ ਦੁਆਰਾ ਸੁਣਦਾ ਹੈ। ਮਹਾਰਾਜ ਉੱਚੀ ਪੜ੍ਹ ਰਹੇ ਸੀ, ਮੇਘ ਨਾ ਮਿਟੇ ਹੀ ਹੈ
ਜਿਹੜੀ ਜਾਤੀ ਹੈ ਜੰਗਲ ਦੇ ਵਿੱਚ ਰਹਿੰਦੇ ਨੇ, ਨਗਨ ਰਹਿੰਦੇ ਆ ਤੇ ਜਾਨਵਰ ਹੀ ਮਾਰ ਮਾਰ ਖਾਂਦੇ ਆ। ਉਹ ਵੀ ਹੁਣ ਹੈ ਤਾਂ ਕਰਮਾਂ ਦੀ ਹੈ ਨਾ ਗੱਲ, ਉੱਥੇ ਕਰਮ ਦੀ ਖੇਡ ਹੈ ਸੰਸਾਰ ਉੱਤੇ। ਇਹ ਤਾਂ ਸਾਰੀਆਂ ਇਹ ਤਾਂ ਵਾਹਿਗੁਰੂ ਦੀਆਂ ਖੇਡਾਂ। ਇਸ ਕਰਕੇ ਜਿਹੜੀ ਕਰਮ ਗਤੀ ਲਿਖਣ ਵਾਲੇ ਉਹ ਕਹਿੰਦੇ ਪਰਮੇਸ਼ੁਰ ਤੇਰਾ ਜਗਤ ਦੀ ਜਿਹੜੀ ਖੇਡ ਹੈ ਇਹਦਾ ਕੋਈ ਸਮਝ ਨਹੀਂ ਆਉਂਦੀ ਵੀ ਕੀ ਇੱਥੇ ਹੋ ਗਿਆ। ਇੱਕ ਤਾਂ ਉਹ ਨੇ ਜਿਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਇੱਕ ਅਮੀਰ ਘਰਾਂ ਦੇ ਕੁੱਤੇ ਵੀ ਗੱਡੀਆਂ 'ਚ ਬੈਠੇ ਬਿਸਕੁਟ ਖਾ ਕੇ ਘੁੰਮਦੇ ਆ। ਤਾਂ ਹੁਣ ਖੇਡ ਬਣਾ ਦਿੱਤੀ ਪਰਮੇਸ਼ੁਰ ਨੇ। ਇਸ ਕਰਕੇ ਇੱਥੇ ਪਰਮਾਤਮਾ ਦੀ ਜਗਤ ਰਚਨਾ ਦੀ ਫਿਲਾਸਫੀ ਨੂੰ ਬੰਦੇ ਸਤਿ ਸ਼੍ਰੀ ਅਕਾਲ।
Thank you.
ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸੰਗਤਾਂ ਦੇ ਬਿਲਕੁਲ ਪ੍ਰਵਾਨ ਕਰਨੀ, ਸੇਵਕਾਂ ਦੇ ਲੋਕ ਵੱਲੋਂ ਕੁਝ ਪਰਦੇ ਕੱਢਣੇ, ਕਾਲ ਕੰਠ ਦੂਰ ਕਰਨੇ, ਸਰਬੱਤ ਦੇ ਭਲੇ ਕਰਨੇ। ਕਿਰਪਾ ਕਰੋ ਮਹਾਰਾਜ ਜੀ, ਆਪਣੀ ਪਵਿੱਤਰ ਗੁਰਬਾਣੀ ਵਿੱਚੋਂ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਜਪਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਕਬਰ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਮੋਜ ਹੈ, ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਯਕੀ ਰਹਿਣਾ ਖੁਆਰ ਹੋਏ ਸਭ ਕਰਨਗੇ ਬਚੇ ਸ਼ਬਦ ਜੋ, ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਗੁਰਬਾਣ ਉਤਾਰਨ, ਜੋ ਸਰਦਾ ਕਰ ਸੇਵਦੇ ਗੁਰਬਾਣ ਉਤਾਰਨ, ਬੋਲੇ ਰਹਾ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਦੇ ਮਹਾਂਵਾਕ ਅਨੁਸਾਰ ਸਾਡੇ ਸਰਕਾਰ ਜੋ ਮਾਤਾ ਗੁਰਦਿਆਲ ਕੌਰ ਜੀ ਇਹ ਸੰਸਾਰ ਵਿੱਚੋਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁਝ ਦਿਨ ਪਹਿਲਾਂ ਗੁਰੂ ਚਰਨਾਂ ਵਿੱਚ ਜਾ ਵਰਾਜੇ ਸੰਤ, ਜਿਨ੍ਹਾਂ ਦੀ ਅੱਜ ਆਪਾਂ ਅੰਤਿਮ ਅਰਦਾਸ ਦੇ ਵਿੱਚ ਸਾਰੇ ਇਲਾਕੇ ਤੋਂ, ਨਗਰ ਤੋਂ, ਰਿਸ਼ਤੇਦਾਰ ਮਿੱਤਰ ਦੋਸਤ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਹਾਂ। ਮਰਨ ਲਿਖਾਏ ਮੰਡਲ ਮੇ ਆਏ, ਜਦ ਵੀ ਕੋਈ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਤਾਂ ਉਹਦਾ ਮਰਨਾ ਪਹਿਲਾਂ ਤੈਅ ਹੋ ਜਾਂਦਾ ਹੈ ਕਿ ਕਿਹੜੇ ਵਕਤ, ਕਿਸ ਟਾਈਮ, ਕਿਸ ਜਗ੍ਹਾ 'ਤੇ ਇਸ ਜੀਵ ਨੇ ਆਪਣੇ ਸਵਾਸ ਤਿਆਗਣੇ ਹਨ। ਜੀਵਨਾਂ ਦਾ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਉਹਨਾਂ ਵੱਲੋਂ ਇਹ ਸਾਰਿਆਂ ਸਭ ਨੂੰ ਸਰਧਾ ਦੇ ਫੁੱਲ ਭੇਟ ਕਰਦਾ ਹਾਂ। ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਜੀ ਉਹਨਾਂ ਵੱਲੋਂ ਜਿਹਨਾਂ ਨੇ ਸੰਦੇਸ਼ ਭੇਜਿਆ ਹੈ, ਕਿਉਂਕਿ ਉਹਨਾਂ ਦੀਆਂ ਮਜ਼ਬੂਰੀਆਂ ਸਨ, ਆਉਣ ਦਾ ਸਮਾਂ ਨਹੀਂ ਸੀ ਅਤੇ ਜੱਗਾ ਸਾਹਿਬ ਲੈ ਕੇ ਆਏ ਨੇ। ਧੰਨਵਾਦ ਹੈ ਉਹਨਾਂ ਦਾ ਅਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਅਤੇ ਪਰਿਵਾਰ ਵੱਲੋਂ ਇਲਾਕੇ ਦੇ ਵਿੱਚ ਜੋ ਪਿੰਡ ਦੇ ਵਿੱਚ ਗੁਰੂ ਘਰ ਨੇ ਜਾਂ ਜੋ ਵੀ ਹੈ ਉਹਨਾਂ ਨੂੰ ਮਾਇਆ ਦਿੱਤੀ ਗਈ ਆ, ਧੰਨਵਾਦ ਹੈ ਉਹਨਾਂ ਦਾ। ਗੁਰਦੁਆਰਾ ਸਾਹਿਬ ਪਾਸੇ ਸੇਵੀ 41,000 ਰੁਪਇਆ, ਨਾਨਕਸਰ ਆਸਰਮ ਠਾਠ ਨੂੰ 55,000 ਰੁਪਇਆ, ਗੁਰਦੁਆਰਾ ਭਗਤ ਰਵਿਦਾਸ ਜੀ ਨੂੰ 55,000 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਾਲੇ ਨੂੰ 55,000 ਰੁਪਏ, ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਪਿੰਡ ਕਾਲੇ ਨੂੰ 2100 ਰੁਪਏ, ਧੰਨਵਾਦ ਹੈ। ਹੁਣ ਮੈਂ ਬੇਨਤੀ ਕਰੂੰ ਕਿ ਰਜਿੰਦਰ ਸਿੰਘ ਜੀ ਜੋ ਪਿੰਡ ਜੰਗਾਲੀ ਤੋਂ ਨੇ, ਬੈਂਕ ਦੇ ਵਿੱਚ ਮੈਨੇਜਰ ਲੱਗੇ ਨੇ ਰਜਿੰਦਰ ਸਿੰਘ ਜੀ ਬਾਠ, ਜੋ ਪਰਿਵਾਰ ਦੇ ਰਿਸ਼ਤੇਦਾਰ ਨੇ, ਕਿ ਉਹ ਆਉਣਗੇ ਆ ਕੇ ਸੰਗਤਾਂ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੀ ਪਾਵਨ ਜੋੜੀ ਵਿੱਚ ਮਾਤਾ ਗੁਰਦਿਆਲ ਕੌਰ ਦੀ ਆਤਮਾ ਦਾ ਸ਼ਾਮਲ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚਾਲਸੀ, ਸਭ ਤੋਂ ਹੀ ਆਈ ਵਾਰੀ ਹੈ। ਗੁਰਬਾਣੀ ਦਾ ਪ੍ਰਮਾਣ ਬਹੁਤ ਸਪਸ਼ਟ ਰੂਪ ਵਿੱਚ ਬਹੁਤ ਸਾਦੇ ਲਫ਼ਜ਼ਾਂ ਦੇ ਵਿੱਚ ਸਾਨੂੰ ਸਾਹਮਣੇ ਮਿਲਦਾ ਹੈ। ਔਰ ਮਾਤਾ ਜੀ ਇੱਕ ਲੰਬੀ ਉਮਰ ਭੋਗ ਕੇ ਇਸ ਸੰਸਾਰ ਤੋਂ ਅਲਵਿਦਾ ਕੇ ਗਏ ਹਨ। ਮੈਂ ਥੋੜ੍ਹਾ ਦੋ ਇਸ ਮਾਤਾ ਦੀ ਜ਼ਿੰਦਗੀ ਨਾਲ ਸੰਬੰਧਿਤ ਹੀ ਆਪ ਜੀ ਨਾਲ ਥੋੜ੍ਹੀ ਵਿਚਾਰ ਸਾਂਝੀ ਕਰਨੀ ਚਾਹਾਂਗਾ। ਮਾਤਾ ਜੀ ਲੰਬੇ ਸਮੇਂ ਤੱਕ ਚੱਲਣ ਤੋਂ ਅਸਮਰੱਥ ਔਰ ਬੋਲਣ ਤੋਂ ਅਸਮਰੱਥ ਰਹੇ ਨੇ। ਅੱਜ ਦੀ ਰੁਝੇਵਿਆਂ ਭਰੀ ਬਹੁਤ ਹੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਸਮਾਂ ਬਹੁਤ ਕੀਮਤੀ ਹੈ। ਹਰ ਬੰਦਾ ਕਿਸੇ ਨੂੰ ਕਹੋ ਇੱਥੇ ਜਾਣਾ ਪਿਓ, ਤੂੰ ਪੈਸੇ ਲੈ ਜਾ, ਮੈਂ ਜਾਣਾ ਪਵਾ, ਤਾਂ ਮੈਂ ਜਾ ਨਹੀਂ ਸਕਦਾ।
ਅਸੀਂ ਪੈਸਿਆਂ ਨਾਲ ਹੀ ਸਭ ਕੁਝ ਤੋਲ ਰਹੇ ਹਾਂ, ਰਿਸ਼ਤੇ ਸਾਡੇ ਪਿੱਛੇ ਰਹਿ ਗਏ ਨੇ, ਰਿਸ਼ਤਿਆਂ ਦੀ ਮਿਠਾਸ ਪੈਸੇ ਨੇ ਖੱਟੀ ਕਰ ਦਿੱਤੀ। ਲੇਕਿਨ ਇਸ ਪਰਿਵਾਰ ਦੇ ਵਿੱਚ ਮੇਰੇ ਮਾਸੀ ਜੀ ਸਨ, ਆਪਣੇ ਚਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਜੋ ਦੇਖਣ ਨੂੰ ਮਿਲਿਆ ਔਰ ਜਿਸ ਤੋਂ ਸੇਧ ਲੈਣੀ ਵੀ ਬਣਦੀ ਹੈ, ਗੁਰਪ੍ਰੀਤ ਸਿੰਘ ਗੋਰਾ ਸਾਰੇ ਪਿੰਡ ਦੇ ਵਿੱਚ ਪਿਆਰ ਨਾਲ ਬਹੁਤ ਸਤਿਕਾਰ ਹੈ, ਬੱਚੇ ਦਾ ਉਮਰ ਦੇ ਲਿਹਾਜ਼ ਨਾਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ। ਮੈਂ ਦੇਖਿਆ ਮਾਤਾ ਜੀ ਦੀ 3-4 ਸਾਲ ਦੇ ਕਰੀਬ ਮੰਜੇ 'ਤੇ ਬੈਠੇ ਰਹਿਣਾ, ਉਹਨਾਂ ਦੀ ਸਿਹਤ ਬਿਲਕੁਲ ਬਰਕਰਾਰ ਰਹੀ ਹੈ। ਫਿਰ ਬਾਪੂ ਪ੍ਰਾਈਵੇਟ ਵਰਕਸ਼ਾਪ ਕਰਦੇ ਲੰਬੇ ਸਮੇਂ ਤੋਂ, ਉਹਨਾਂ ਨੇ ਮਾਤਾ ਜੀ ਦੀ ਸੇਵਾ ਨੂੰ ਮੁੱਖ ਰੱਖ ਕੇ ਆਪਣੇ ਜੀਵਨ ਸਾਥੀ ਮਾਤਾ ਜੀ ਨੂੰ ਭੇਜ ਦਿੱਤਾ ਵਾਪਸ, ਕਹਿ ਰਹੇ ਵੀ ਮਾਤਾ ਜੀ ਨੂੰ ਸਵਾਲਦਾ ਹੈ, ਮੈਂ ਰੋਟੀ ਠੰਡੀ ਕਾਕੀ ਨੂੰ ਗੁਜ਼ਾਰਾ ਕਰ ਲਵਾਂਗਾ। ਪਿੱਛੇ ਪੋਤਰੇ ਦਾ ਵਿਆਹ ਕੀਤਾ ਹੈ ਗੋਲਡੀ ਪ੍ਰਦੀਪ ਸਿੰਘ।